ਅੱਜ ਤਰੀਕ ਸੀ ਬੇਟਾ, ਬਸ ਉਸੇ ਤਰੀਕੇ ਨਾਲ ਹੀ ਜਿਹੜੇ ਸੀ ਦੋ ਦੋਸ਼ੀ ਫਿਜ਼ੀਕਲੀ ਪੇਸ਼ ਹੋਏ ਨੇ, ਬਾਕੀ ਵੀਸੀ ਨਹੀਂ ਹੋਏ, ਅਤੇ ਇੱਕ ਮੇਰਾ ਖਿਆਲ ਹੈ ਨਾ ਪਵਨ ਸਚਿਨ ਥਾਪਨ, ਉਹ ਨਹੀਂ ਸ਼ਾਇਦ ਕਿਸੇ ਕਾਰਨ ਪੇਸ਼ ਹੋ ਸਕਾ, ਬਾਕੀ ਸਾਰਿਆਂ ਦੀ ਵੀਸੀ ਰਾਹੀਂ ਹੋ ਗਈ ਹੈ ਤਕਰੀਬਨ, ਅਤੇ ਅਗਲੀ ਡੇਟ ਹੈ ਜਿਹੜੀ ਉਹ ਆਪਾਂ ਨੂੰ 23/2 ਮਿਲੀ ਹੈ, ਉਸ ਦੇ ਉੱਤੇ ਆਪਾਂ ਅੱਜ ਕੁਛ ਕੋਰਟ ਦੇ ਵਿੱਚ ਆਪਣੇ ਵੱਲੋਂ ਵੀ ਵਕੀਲ ਸਾਹਿਬ ਨੇ ਐਪਲੀਕੇਸ਼ਨ ਲਾਈ ਹੈ, ਤਾਂ 23/2 ਦੇਖਦੇ ਕੀ ਹੁੰਦਾ ਅੱਗੇ। ਬਾਈ ਜੱਗੂ ਅਤੇ ਬਿਸ਼ਨੋਈ ਨੇ ਐਪਲੀਕੇਸ਼ਨ ਦਿੱਤੀ ਸੀ, ਉਸ 'ਤੇ ਕੋਈ ਪ੍ਰਤੀਕਰਮ ਹੋਇਆ ਅਦਾਲਤ? ਉਸ ਦੇ ਉੱਤੇ ਹੀ ਅਸੀਂ ਉਹਨਾਂ ਦੀ ਐਪਲੀਕੇਸ਼ਨ ਦੇ ਜਵਾਬ ਦੇਣ ਦੇ ਲਈ ਸਾਨੂੰ ਕੁਛ ਡਾਕੂਮੈਂਟ ਦੀ ਕੁਛ ਐਵੀਡੈਂਸ ਦੀ ਲੋੜ ਹੈ ਨਾ, ਉਹ ਅਸੀਂ ਜਿੱਦਾਂ ਪਹਿਲਾਂ ਐਪਲੀਕੇਸ਼ਨ ਦਾ ਜ਼ਿਕਰ ਹੋਇਆ ਸੀਗਾ ਵੀ ਅਸੀਂ ਸਾਡੀ ਸਿੱਟ ਕੋਲੋਂ ਉਮੀਦ ਕੀਤੀ ਸੀ ਵੀ ਤੁਸੀਂ ਸਾਨੂੰ ਇੱਦਾਂ ਦੇ ਇਹਨਾਂ ਦਾ ਇੱਕ ਐਫੀਡੈਵਿਟ ਲੈ ਕੇ ਦਿਓ, ਖਾਸ ਕਰਕੇ ਜਿਹੜੀ ਵੀਡੀਓ ਚੱਲੀ ਹੈ ਲਾਰੈਂਸ ਦੀ ਚੈਨਲ ਦੇ ਉੱਤੇ, ਤਾਂ ਉਹ ਵੀਡੀਓ ਉਸ ਜਰਨਲਿਸਟ ਨੂੰ ਹਾਜ਼ਰ ਕਰਕੇ ਜਾਂ ਉਹਨਾਂ ਤੋਂ ਕੋਈ ਹਲਫ ਜਿਹਾ ਬਿਆਨ ਲਿਆ ਜਾਵੇ ਜਾਂ ਉਹਨਾਂ ਤੋਂ ਉਹਨੂੰ ਪੁਖਤਾ ਕਰਨ ਦੇ ਲਈ ਅਸੀਂ ਕਾਫੀ ਚਾਰਾਜੋਈ ਕਰ ਰਹੇ ਹਾਂ 18/9/2023 ਤੋਂ, ਉਹਨਾਂ ਤੋਂ ਅੱਜ ਤੱਕ ਹੋ ਨਹੀਂ ਸਕੀ, ਤਾਂ ਫਿਰ ਮਜਬੂਰੀ ਬਸ ਅੱਜ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਹੈ ਵੀ ਉਸ ਨੂੰ ਰਿਕਾਰਡ 'ਤੇ ਲਿਆ ਜਾਣਾ ਚਾਹੀਦਾ ਉਸ ਇੰਟਰਵਿਊ। ਅਕਲ ਹਰਗੀਤ ਨੂੰ ਲੈ ਕੇ ਪਹਿਲਾਂ ਸਸਪੈਂਸ ਬਣਾਇਆ ਜਾਂਦਾ ਸੀ, ਟ੍ਰਿਪੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਅਤੇ ਪਹਿਲਾਂ ਵੀ ਕੋਈ ਜਾਰੀ ਨਹੀਂ ਹੋਇਆ, ਤਾਂ ਇੱਕੇਦਮ ਗੀਤ ਛੱਡਿਆ ਗਿਆ। ਕਿਹੜਾ ਬੇਟਾ ਮੈਨੂੰ? ਟ੍ਰਿਪੀ ਗੀਤ ਜੀ ਇੱਕੇਦਮ ਛੱਡਿਆ ਗਿਆ, ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ। ਓਕੇ, ਨਹੀਂ, ਉਹ ਇਹ ਸੀਗਾ ਵੀ ਗਾਣਾ ਡਿਪੀ ਗਾਣਾ ਨਾ ਮਤਲਬ ਬਹੁਤ ਵਧੀਆ ਗਾਣਾ ਸੀਗਾ, ਮਤਲਬ ਸਾਡੇ ਲਿਹਾਜ਼ ਦੇ ਨਾਲ, ਤਾਂ ਅਸੀਂ ਸਾਡਾ ਸ਼ੁਰੂ ਤੋਂ ਹੀ ਸੁਭਾਅ ਸੀ ਸ਼ੁਰੂ ਦੀ ਪਤਾਵੀ ਸੀ, ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਉਹਨੂੰ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ, ਤਾਂ ਉਹ ਖੁਦ ਬਖੁਦ ਹੀ ਜਦੋਂ ਆਡੀਅੰਸ ਦੇ ਵਿੱਚ ਕਬੂਲਿਆ ਜਾਂਦਾ ਹੈ, ਤਾਂ ਸਾਨੂੰ ਇਹ 'ਤੇ ਪੂਰਾ ਭਰੋਸਾ ਸੀ ਇਸ ਗੱਲ ਵੀ ਦਿੱਤਾ, ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤਾਂ ਇਹਨੇ ਤਾਂ ਮਕਬੂਲੀਅਤ ਹਾਸਲ ਕਰ ਹੀ ਲੈਣੀ ਹੈ, ਅਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਮਣਾ ਖੱਟ ਰਿਹਾ ਹੈਗਾ ਸੌਂਗ, ਲੋਕਾਂ ਨੂੰ ਕਾਫੀ ਪਸੰਦ ਆਇਆ। ਬਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ, ਗਾਇਕ ਹੋਣ ਕੁਛ ਵੀ ਹੋਣ, ਉਹਨਾਂ 'ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ? ਨਹੀਂ ਹੋਈ ਜੀ ਅੱਜ ਤੱਕ, ਕਿਉਂਕਿ ਕੋਸ਼ਿਸ਼ ਸਾਡੀ ਹੈਗੀ, ਅਸੀਂ ਤਾਂ ਹਾਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰਮਾਤਮਾ ਕਰੇ ਉਹ ਪੁਲਿਸ ਦੇ ਏਜੰਡੇ 'ਚ ਹੋਵੇ ਗੱਲ ਇਨਵੈਸਟੀਗੇਸ਼ਨ ਸਿੱਟ ਦੇ, ਤਾਂ ਉਹਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਸਾਰਿਆਂ ਨੂੰ, ਪਰੰਤੂ ਮੈਂ ਇਹ ਕਹਾਂ ਵੀ ਤੈਅਸ਼ੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜਾਊਗੀ, ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈ ਨਾ, ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਹੀ ਜਿਉਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ, ਸ਼ਾਇਦ ਮੇਰੀ ਕੋਈ ਅਦਾਲਤ ਸੁਣੂਗੀ, ਸ਼ਾਇਦ ਮੇਰੀ ਕੋਈ ਸਿੱਟ ਦਾ ਅਫਸਰ ਸੁਣੂਗਾ, ਮੈਂ ਤਾਂ ਕੋਸ਼ਿਸ਼ਾਂ ਆਪਣੀਆਂ ਕਰਦਾ ਹੀ ਰਹਿੰਦਾ।